ਮਤਲਬ ਫੈਟ ਵਾਲੀਆਂ ਚੀਜ਼ਾਂ ਬਦਾਮ ਘਿਓ ਆਹ ਚੀਜ਼ਾਂ ਐਡ ਕਰੀਆਂ ਨੇ ਪੂਰਾ ਆਂਡਾ ਸੋ ਇਹਨਾਂ ਨਾਲ ਫਿਰ ਤੁਹਾਨੂੰ ਪਤਾ ਕਿ ਪ੍ਰੋਪਰ ਬੋਡੀ 'ਚ ਜਾਨ ਆਉਂਦੀ ਆ ਕਿਉਂਕਿ ਫੈਟ ਬਹੁਤ ਜ਼ਰੂਰੀ ਆ ਜੇ ਤੁਸੀਂ ਵਜਨ ਵਧਾਉਣਾ ਨਾ ਕਈ ਬੰਦੇ ਕਹਿੰਦੇ ਬਾਈ ਵਜਨ ਵਧਾਉਣਾ ਫੈਟ ਪਿੰਕ ਦੀ ਫੈਟ ਇਨਟੇਕ ਪਿੰਕ ਦੀ ਬਹੁਤ ਹਾਈ ਆ ਹਾਂਜੀ ਮਿੱਤਰੋ ਸੋ ਅੱਜ ਮੈਂ ਅਤੇ ਪਿੰਕਾ ਜਰਗ ਵਾਈਟ ਰੌਕ ਬੀਚ ਦੇ ਉੱਤੇ ਸਾਡਾ ਕਾਰਡੀਓ ਸਵੇਰੇ ਸਵੇਰੇ ਕਰਨ ਦਾ ਮਨ ਜਿਹਾ ਬਣਿਆ ਅਸੀਂ ਕਿਹਾ ਚਲੋ ਨਾਲੇ ਕਾਰਡੀਓ ਕਰਕੇ ਆਉਂਦੇ ਹਾਂ ਫਸਟ ਏਡ ਅਤੇ ਨਾਲੇ ਤੁਹਾਡੇ ਲਈ ਪਿੰਕੇ ਜਰਗ ਦੇ ਵਰਕਆਊਟ ਅਤੇ ਡਾਇਟ ਪਲਾਨ ਬਾਰੇ ਕੁਛ ਆਪਾਂ ਟਿਪਸ ਬਾਰੇ ਗੱਲ ਕਰਾਂਗੇ ਓਕੇ ਜੀ ਸੋ ਅੱਜ ਆਪਾਂ ਪਿੰਕੇ ਜਰਗ ਦੇ ਡਾਇਟ ਪਲਾਨ ਬਾਰੇ ਕਿ ਕਿੱਦਾਂ ਇਹਦੀ ਡਾਇਟ ਰੂਟੀਨ ਆ ਦਿਨ 'ਚ ਇਹ ਕਿੰਨੀਆਂ ਮੀਲਾਂ ਖਾਂਦਾ ਉਹਦੇ ਬਾਰੇ ਵੀ ਗੱਲ ਕਰਾਂਗੇ ਅਤੇ ਨਾਲੇ ਗੱਲ ਕਰਾਂਗੇ ਵਰਕਆਊਟ ਬਾਰੇ ਕਿੱਦਾਂ ਦਾ ਵਰਕਆਊਟ ਕਿੱਦਾਂ ਦਾ ਕਾਰਡੀਓ ਪਲਾਨ ਪਿੰਕਾ ਜਰਗ ਫੋਲੋ ਕਰਦਾ ਅਤੇ ਮੈਂ ਵੀ ਤੁਹਾਨੂੰ ਕੁਛ ਟਿਪਸ ਦਊਂਗਾ ਕਿ ਮੈਂ ਹੁਣ ਕਿਹੜੇ ਕਿੰਨੀਆਂ ਮੀਲਾਂ ਮੈਂ ਲੈਂਦਾ ਅਤੇ ਓਕੇ ਪਿੰਕੇ ਸੋ ਹੁਣ ਦਿਨ ਦੇ ਵਿੱਚ ਤੂੰ ਕਿੰਨੀਆਂ ਮੀਲਾਂ ਲੈਂਦਾ ਫਿਲਹਾਲ ਮੈਂ 3 ਮੀਲਾਂ ਲੈ ਰਿਹਾ ਜੀ 14-10 ਫਾਸਟਿੰਗ ਚੱਲਦੀ ਹੈ ਪਿੰਕੇ ਦੀ ਕਿਉਂਕਿ ਪਹਿਲਾਂ 2 ਮੀਲਾਂ 'ਤੇ ਸੀਗਾ ਪਿੰਕਾ ਅਤੇ ਉਸ ਤੋਂ ਬਾਅਦ ਅਸੀਂ ਇਹ ਚੀਜ਼ ਫਾਇੰਡ ਕਰੀ ਕਿਉਂਕਿ ਹੁਣ ਇਹਨੇ ਵੇਟ ਵਧਾਉਣਾ ਕਬੱਡੀ ਖੇਡਣੀ ਆ ਤਾਂ ਕਿਉਂਕਿ ਹੁਣ ਸਰੀਰ ਵੀ ਕਾਫੀ ਬੜਾ ਹਾਈਟ ਵੀ ਕਾਫੀ ਆ ਅਤੇ ਜਿਹੜੀ ਵਰਕਆਊਟ ਦੀ ਇੰਟੈਂਸਿਟੀ ਆ ਉਹ ਬਹੁਤ ਹਾਈ ਆ ਪਿੰਕੇ ਦੀ ਇੱਕ ਤਾਂ ਸਵੇਰੇ ਹੁਣ ਕਾਰਡੀਓ ਗਰਾਊਂਡ ਜਿਹੜੀ ਮਿਹਨਤ ਕਰਦਾ ਅਤੇ ਸ਼ਾਮ ਨੂੰ ਜਿੰਮ ਲਾਉਂਦਾ ਉਹਦੇ ਕਰਕੇ ਹੁਣ 14-10 ਫਾਸਟਿੰਗ ਚੱਲਦੀ ਹੈ ਮੈਨੂੰ ਲੱਗਦਾ 13-14 ਘੰਟੇ ਦਾ ਫਾਸਟ ਹੁੰਦਾ ਬਾਕੀ 10-11 ਘੰਟੇ ਦੇ ਵਿੱਚ 3 ਇਹ ਬਿੱਗ ਮੀਲਾਂ ਲੈਂਦਾ ਅਤੇ ਉਹਦੇ ਵਿੱਚ ਕਾਫੀ ਜ਼ਿਆਦਾ ਫੂਡ ਖਾਂਦਾ ਕਿਉਂਕਿ ਫੂਡ ਦੀ ਫਿਊਲ ਦੀ ਤੁਹਾਨੂੰ ਲੋੜ ਆ ਅਤੇ ਜਿਹੜਾ ਫਿਊਲ ਹੁੰਦਾ ਪਿੰਕੇ ਉਹ ਹਿਸਾਬ ਨਾਲ ਹੀ ਹੁੰਦਾ ਹੈ ਵੀ ਤੁਸੀਂ ਉਹਨੂੰ ਵਰਤ ਕਿੰਨਾ ਰਹੇ ਹੋ ਉਹੀ ਗੈਸ ਵਾਲਾ ਕੰਮ ਆ ਜਿੱਡੀ ਬੜੀ ਜਿੰਨੇ ਤੁਹਾਡੇ ਕੋਲ ਮਸਲ ਬੜੇ ਨੇ ਜਿੰਨੀ ਤੁਹਾਡੀ ਇੰਟੈਂਸਿਟੀ ਹਾਈ ਆ ਜਿੰਨਾ ਤੁਸੀਂ ਆਪਣੀ ਬੋਡੀ ਤੋਂ ਕੰਮ ਲੈਣਾ ਉਹੀ ਹਿਸਾਬ ਨਾਲ ਫੂਡ ਖਾਓ ਅਤੇ ਜਿਹੜੀ ਵਰਕਆਊਟ ਦੀ ਗੱਲ ਪਿੰਕੇ ਹੁਣ ਆਪਾਂ ਕਰਨੀ ਆ ਹੁਣ ਤੇਰੀ ਸਵੇਰੇ ਕਾਰਡੀ ਹੁੰਦੀ ਆ ਨਾ ਕਾਰਡੀਓ ਪਿੰਕੇ ਦੀ ਐਂਪਟੀ ਸਟੋਮਚ 'ਚ ਐਂਪਟੀ ਸਟੋਮਚ 'ਚ ਹੀ ਹੁੰਦੀ ਆ ਕੁਛ ਨਹੀਂ ਖਾ ਕੇ ਜਾਂਦਾ ਜਸਟ ਬਲੈਕ ਕੌਫੀ ਜਾਂ ਐਲ ਕਾਰਨੀਟਿਨ ਜਾਂ ਥੋੜ੍ਹਾ ਬਹੁਤਾ ਪਿੰਕ ਸਾਲਟ એનર્ਜੀ ਲਈ ਕਿਉਂਕਿ ਉੱਥੇ ਸਵੈਟ ਸਵੁੱਟ ਜ਼ਿਆਦਾ ਆਉਂਦਾ ਹੈ ਨਾ ਸੋ ਹੋਰ ਸਵੇਰੇ ਕੋਈ ਬੀ ਸੀ ਵਗੈਰਾ ਕੁਛ ਨਹੀਂ ਕਿਉਂਕਿ ਸਵੇਰੇ ਆਪਾਂ ਬੋਡੀ ਦੀ ਫੈਟ ਵਰਨ ਜ਼ੋਨ 'ਤੇ ਰਹਿੰਦੇ ਆਪਾਂ ਨੂੰ ਕੁਛ ਖਾ ਕੇ ਜਾਣ ਦੀ ਲੋੜ ਨਹੀਂ ਉਸ ਤੋਂ ਬਾਅਦ ਆਪਣੀ ਇਹ ਬ੍ਰੇਕਫਾਸਟ ਮੀਲ ਕਰਦਾ ਕੇ ਉਦੋਂ ਬਾਅਦ ਇੱਕ ਮੀਲ ਹੋਰ ਹੋ ਜਾਂਦੀ ਹੈ ਨਾ 2 ਮੀਲਾਂ ਤੋਂ ਬਾਅਦ ਤੀਜੀ ਮੀ ਫਿਰ ਗੈਪ ਆਉਂਦਾ 2-4 ਘੰਟੇ ਦਾ ਕਿਉਂਕਿ ਫੂਡ ਹਾਜ਼ਮ ਹੋ ਜਾਣਾ ਚਾਹੀਦਾ ਸ਼ਾਮ ਨੂੰ ਜਿੰਮ ਲਾਉਣੀ ਆ ਇਹ ਨਹੀਂ ਤੁਸੀਂ ਖਾ ਕੇ ਚਲੇ ਗਏ ਤੁਸੀਂ ਬਲੋਡ ਜਿਹਾ ਫੀਲ ਕਰੇਂਗੇ ਹੋ ਫਿਰ ਉਦੋਂ ਬਾਅਦ ਜਿੰਮ ਤੋਂ ਬਾਅਦ ਇੱਕ ਤੇਰੀ ਪੋਸਟ ਵਰਕਆਊਟ ਮੀਲ ਹੁੰਦੀ ਹੈ ਨਾ ਡਿਨਰ ਬਿੱਗ ਮੀਲ 3 ਮੀਲਾਂ ਨੇ 2 ਪਹਿਲਾਂ ਜਿੰਮ ਤੋਂ ਠੀਕ ਹੈ ਜੀ ਅਤੇ 1 ਜਿੰਮ ਤੋਂ ਬਾਅਦ ਅਤੇ ਹੁਣ ਜਿਹੜੀ ਮੇਰੀ ਟਾਈਮਿੰਗ ਆ ਮੈਂ ਵੀ ਤੁਹਾਨੂੰ ਦੱਸ ਦਵਾਂ ਮੇਰੀਆਂ 2 ਮੀਲਾਂ ਹੁੰਦੀਆਂ ਨੇ 10 ਸੈੱਟ ਕਿਉਂਕਿ ਮੇਰਾ ਕੋਈ ਜ਼ਿਆਦਾ ਮੈਂ ਵੇਟ ਨਹੀਂ ਵਧਾਉਣਾ ਬਾਹਲਾ ਨਾ ਹੀ ਮੈਂ ਕੋਈ ਗੇਮ ਖੇਡਦਾ ਕਿ ਮੈਨੂੰ ਜ਼ਿਆਦਾ ਵੇਟ ਦੀ ਲੋੜ ਆ ਕਿਉਂਕਿ ਪਿੰਕ ਤਾਂ ਹੁਣ ਰੇਡਰ ਆ ਇਹਨੂੰ ਵੇਟ ਦੀ ਵੀ ਜ਼ਿਆਦਾ ਲੋੜ ਆ ਨਾ ਸੋ ਮੈਂ 2 ਮੀਲਾਂ ਖਾਂਦਾ ਮੇਰੀ ਸੇਮ ਮੀਲ ਹੁੰਦੀ ਆ ਪਿੰਕੇ ਮੈਂ ਸਵੇਰੇ ਫਾਸਟ ਕਾਰਡੀ ਹੁੰਦੀ ਆ ਠੀਕ ਆ ਕਾਰਡੀ ਤੋਂ ਬਾਅਦ ਆ ਕੇ ਮੈਂ 1-2 ਘੰਟੇ ਬਾਅਦ ਇੱਕ ਬਿੱਗ ਮੀਲ ਲੈ ਲੈਂਦਾ ਠੀਕ ਆ ਅਤੇ ਉਸ ਤੋਂ ਬਾਅਦ ਮੇਰਾ 5-6 ਘੰਟੇ ਦਾ 7-6 ਦਾ ਪੈ ਜਾਂਦਾ ਗੈਪ ਜਿੰਮ ਲੱਗ ਜਾਂਦੀ ਆ ਠੀਕ ਹੈ ਜਿੰਮ ਤੋਂ ਬਾਅਦ ਮੇਰੀ ਸਿੱਧੀ ਇੱਕ ਡਿਨਰ ਮੀਲ ਆ ਜਾਂਦੀ ਆ ਜਿਹੜੀ ਕਿ ਮੀਲ ਨੰਬਰ 2 ਆ ਮਤਲਬ ਮੈਂ 2 ਬਿੱਗ ਮੀਲਾਂ ਖਾਂਦਾ ਕਈ ਬੰਦੇ ਕਹਿੰਦੇ ਨੇ ਬਾਈ ਪਿੰਕੇ ਪ੍ਰੋਟੀਨ ਨਹੀਂ ਪੂਰਾ ਹੁੰਦਾ ਮੈਂ 90 ਗ੍ਰਾਮ ਪ੍ਰੋਟੀਨ 1 ਮੀਲ 'ਚ ਲੈ ਲੈਂਦਾ ਪਹਿਲੀ ਮੀਲ 'ਚ ਮੈਂ ਪ੍ਰੋਟੀਨ ਦੇ 2 ਸਕੂਪ ਐਡ ਕਰ ਲੈਂਦਾ ਉਹਨਾਂ ਗ੍ਰਾਸ ਫੀਡ ਦੇ ਤਾਂ ਕਿ ਪ੍ਰੋਟੀਨ ਛੇਤੀ ਪੀਤਾ ਜਾਵੇ 90 ਗ੍ਰਾਮ ਪਹਿਲੀ ਮੀਲ 'ਚ ਹੋ ਜਾਂਦਾ ਪਿੰਕੇ ਸੌਖਾ ਹੀ ਕੰਮ ਆ ਕੋਈ ਬਾੜਾ ਬੜਾ ਕੰਮ ਨਹੀਂ ਹੈਗਾ 90 ਹੋ ਜਾਂਦਾ ਯਾਰ ਦੂਜੀ ਡਿਨਰ 'ਚ ਟੋਟਲ ਮੇਰਾ 90 ਕਿੰਨਾ ਹੋ ਗਿਆ 180 ਜੇ ਮੇਰਾ 180 ਪਾਊਂਡ ਵਜਨ ਮੰਨ ਲਓ ਹੁਣ ਮੈਂ 180 ਗ੍ਰਾਮ ਜੇ ਦਿਨ ਦਾ ਲੈ ਲਿਆ ਪ੍ਰੋਟੀਨ ਮੈਂ 180 ਪਾਊਂਡ ਦਾ ਤਾਂ ਬਹੁਤ ਹਾਈ ਪ੍ਰੋਟੀਨ ਡਾਈਟ ਹੋ ਜਾਂਦੀ ਆ ਉਹ 170-180 ਮੇਰੇ ਹਿਸਾਬ ਨਾਲ ਹਾਈ ਪ੍ਰੋਟੀਨ ਆ ਉਹ ਜੇ ਤੁਸੀਂ 150 ਜਾਂ 160 ਵੀ ਦਿਨ ਦਾ ਲੈਂਗੇ ਉਹ ਬਹੁਤ ਆ ਠੀਕ ਆ ਹੁਣ ਵਰਕਆਊਟ ਦੀ ਗੱਲ ਕਰਦੇ ਹਾਂ ਪਿੰਕੇ ਅਤੇ ਮੇਰਾ ਦੋਨਾਂ ਦਾ ਵਰਕਆਊਟ ਪਲਾਨ ਚੱਲਦਾ ਪੁਸ਼ ਪੁੱਲ ਲੈਗ ਕਿਉਂਕਿ ਇਹੀ ਮੇਨ ਐਂਡ 'ਤੇ ਜਿਹੜੀ ਸਪਲਿਟ ਆ ਸਾਰਿਆਂ ਨਾਲੋਂ ਵੱਧ ਐਂਡ 'ਤੇ ਫਿਰ ਇਹੀ ਆਉਂਦੀ ਆ ਅਤੇ ਹੁਣ ਪੁਸ਼ ਪੁੱਲ ਲੈਗ ਦੇ ਵਿੱਚ ਟ੍ਰੇਨਿੰਗ ਕੀ ਹੁੰਦੀ ਆ ਮੰਨ ਲਓ ਅੱਜ ਡੇ 1 ਪੁਸ਼ ਪੁੱਲ ਲੈਗ ਠੀਕ ਆ ਫਿਰ ਉਹਨੂੰ ਰਿਪੀਟ ਕਰ ਲੈਣਾ ਅਤੇ ਹੁਣ ਉਹ 2 ਵਾਰ ਸਪਲਿਟ ਰਿਪੀਟ ਹੋ ਜਾਂਦੀ ਆ ਸੰਡੇ ਦੀ ਹੋ ਜਾਂਦੀ ਆ ਰੈਸਟ ਮੰਨ ਲਓ ਹੁਣ ਤੁਹਾਡਾ ਡੇ 1 ਪੁਸ਼ਡ ਆ ਪਹਿਲੇ ਪੁਸ਼ਡੇ 'ਚ ਪਿੰਕਾ ਲਾਉਂਦਾ ਜਿਹੜੀ ਮੂਵਮੈਂਟ ਆ ਜਿਹੜਾ ਵੇਟ ਆ ਹੈਵੀ ਦੇ ਵਿੱਚ ਮੈਨੂੰ ਲੱਗਦਾ ਪਿੰਕੇ 3 ਤੋਂ ਲੈ ਕੇ ਹੈ ਨਾ 5 ਦੇ ਵਿੱਚ ਰੈਪਰੇਜ ਰੱਖਦਾ ਇਹ ਤੁਹਾਨੂੰ ਹੈਲਪਰ ਵੀ ਕੋਈ ਚਾਹੀਦਾ ਜੇ ਤੁਸੀਂ ਹੈਵੀ ਵੇਟ ਚੂਜ਼ ਕਰਨਾ ਹੈ ਨਾ ਹੁਣ ਇਹ ਜਿਹੜੀ ਟ੍ਰੇਨਿੰਗ ਆ ਮੰਨ ਲਓ ਹੁਣ ਪਹਿਲਾਂ ਹੈਵੀ ਲਾ ਲਿਆ ਹਫ਼ਤੇ ਦੇ ਵਿੱਚ ਤਾਂ ਉਹਦੇ ਵਿੱਚ ਤੁਹਾਡੀ ਸਟਰੈਂਥ ਤੁਹਾਡੀ ਪਾਵਰ ਗੇਨ ਹੋਊਗੀ ਫਾਸਟ ਐਟ ਵਿੱਚ ਮਸਲ ਫਾਈਬਰ ਤੁਹਾਡੇ ਬਣਨਗੇ ਕਿਉਂਕਿ ਤੁਸੀਂ ਬੋਡੀ ਨੂੰ ਸਟ੍ਰੈਸ ਦਿੰਦੇ ਹੋ ਜਾਨ ਭੂ ਸਰੀਰ 'ਚ ਮਸਲ ਦਾ ਸਾਈਜ਼ ਵਧੂ ਠੀਕ ਆ ਹੈਵੀ ਵੇਟਣਾ ਹੁਣ ਸਾਰੇ ਹਫ਼ਤੇ ਨਹੀਂ ਹੈਵੀ ਵੇਟ ਲਾਈ ਜਾਣਾ ਮੰਨ ਲਓ ਅੱਜ ਪੁਸ਼ਡੇ ਹੋ ਗਿਆ ਕੱਲ੍ਹ ਨੂੰ ਪੁੱਲ ਫਿਰ ਲੈਗ ਆ 3 ਮਤਲਬ ਡੇ ਆ 3 ਚੀਜ਼ਾਂ ਨੇ ਹੈਵੀ ਅਤੇ ਮੁੜ ਕੇ ਜਦੋਂ ਤੁਹਾਡੀ ਦੁਬਾਰਾ ਸਪਲਿਟ ਰਿਪੀਟ ਆ ਗਈ ਡੇ 4 ਤੋਂ ਦੁਬਾਰਾ ਫਿਰ ਤੁਹਾਡਾ ਪੁਸ਼ਡ ਆ ਗਿਆ ਉਹ ਤੁਸੀਂ ਲਾਉਣੀ ਆ ਹਾਈਪੋਟ੍ਰਫੀ ਮਤਲਬ 10-12 ਦੀ ਰੈਪ ਰੇਂਜ ਪਿੰਕੇ ਹੈ ਨਾ ਕਿਉਂਕਿ ਫਿਰ ਤੁਸੀਂ ਮਸਲ ਨੂੰ ਟਾਰਗੇਟ ਵਧੀਆ ਕਰਦੇ ਹੋ ਮਸਲ ਨੂੰ ਫੇਲੀਅਰ ਵਧੀਆ ਕਰਦੇ ਹੋ ਉਹਦਾ ਕਿਉਂਕਿ ਜੇ ਤੁਸੀਂ ਹੈਵੀ ਵੇਟ ਚੂਜ਼ ਕਰਦੇ ਫਿਰ ਉਹਨਾਂ ਪੰਪ ਨਹੀਂ ਆਉਂਦਾ ਆਪਾਂ 1 ਵਾਰ ਹੈਵੀ ਲਾ ਲੈਣਾ ਅਤੇ ਗਾਹਾਂ ਵਾਲੇ ਵਾਰ ਲਾਈਟ ਲਾਈਟ ਮਤਲਬ ਇਹ ਨਹੀਂ ਕਿ ਬਹੁਤ ਜ਼ਿਆਦਾ ਲਾਈਟ ਚੱਕੀ ਫਿਰਦੇ ਹੋ 12 ਆਰਾਮ ਨਾਲ ਲਾ ਕੇ ਰੱਖਦੇ ਮਤਲਬ 10ਵੇਂ 12ਵੇਂ 'ਚ ਤੁਹਾਡੀ ਬੱਸ ਹੋ ਜਾਣੀ ਚਾਹੀਦੀ ਆ ਸੋ ਇਹ ਹੈਗੀ ਵਰਕਆਊਟ ਸਪਲਿਟ
ਕਾਰਡੀਓ ਸਵੇਰੇ ਹੈ ਨਾ ਪਿੰਕੇ 35-40 ਮਿੰਟ ਕਰਦਾ, ਕਾਰਡੀਓ ਵਿੱਚ ਕਦੇ ਸਪਰਿੰਟਾਂ ਲਾ ਲੈਂਦਾ ਕਦੇ ਲੋਅ 'ਤੇ ਕਰ ਲੈਂਦਾ ਪਿੰਕਾ ਵੀ, ਮੈਂ ਵੀ ਇੱਦਾਂ ਹੀ ਹੈ ਨਾ ਕਿ ਕਿਤੇ 20 ਮਿੰਟ ਦੀ ਕਰ ਲਈਦਾ, ਜ਼ਿਆਦਾ ਬੋਡੀ 'ਤੇ ਫੈਟ ਆ 30 ਦੀ ਵੀ ਕਰ ਲਈਦੀ ਹੈ ਨਾ। ਅਤੇ ਸ਼ਾਮ ਨੂੰ ਜੇ ਪ੍ਰੀ ਵਰਕਆਊਟ ਦੇ ਵਿੱਚ ਪਿੰਕੇ ਕੀ ਲੈ ਕੇ ਜਾਂਦਾ, ਸ਼ਾਮ ਨੂੰ ਪ੍ਰੀ ਵਰਕਆਊਟ ਦੇਖੀਏ ਪਿੰਕਾ, ਇੱਕ ਸਕੂ ਬੀ ਸੀ ਦਾ ਹੁੰਦਾ ਹੈ ਨਾ, ਅਨਫਲੇਵਰਡ ਬੀ ਸੀ ਲੈਂਦੇ ਹਾਂ ਅਤੇ ਕੋਈ ਆਰਟੀਫਿਸ਼ਲ ਫਲੇਵਰ ਨਹੀਂ ਹੁੰਦੇ ਵਾਲੇ, ਅਤੇ ਐੱਲ ਆਰ ਜੀ ਨੀਨ ਹੈ ਨਾ ਪੰਪ ਲਈ, ਅਤੇ ਪਿੰਕ ਸਾਲਟ ਹੁੰਦਾ ਬਲੈਕ ਕੌਫੀ ਹੁੰਦੀ ਹੈ ਨਾ, ਆਹੀ ਕੁਛ ਆ ਬਸ। ਜ਼ਿਆਦਾ ਸਾਨੂੰ ਕੁਛ ਲੈਣ ਦੀ ਲੋੜ ਨਹੀਂ ਹੈਗੀ, ਕਿਉਂਕਿ ਜੇ ਸਵੇਰੇ ਵਰਕਆਊਟ ਕਰਦੇ ਹੋ ਸਵੇਰੇ ਤਾਂ ਮੈਂ ਕਹਿੰਦਾ ਹੁੰਦਾ ਬੀ ਸੀ ਡਬਲਯੂ ਵੀ ਨਾ ਲਓ, ਕਿਉਂਕਿ ਯਾਰ ਸ਼ਾਮ ਨੂੰ ਹੁਣ ਦੇਖੋ ਸਵੇਰੇ ਅਸੀਂ ਫਸਟ ਸਟੇਜ ਇੱਕ ਵਾਰ ਕਾਰਡੀਓ ਕਰ ਲਈ, ਅੱਜ ਤੁਹਾਨੂੰ ਇੱਥੇ ਦਿਖਾਵਾਂਗੇ ਅਸੀਂ ਬੀਚ ਜੀ 'ਤੇ ਆਏ ਹੋਏ, ਅਸੀਂ ਸਵੇਰੇ ਇੱਥੇ ਰਨਿੰਗ ਕਾਰਡੀਓ ਕਰ ਲਈ, ਸ਼ੋਰਟ ਮੈਂ ਪਾਊਂਗਾ, ਹੁਣ ਬੈਠੇ ਵੀ ਇੱਥੇ ਬਾਹਰ ਹੀ ਹਾਂ। ਹੁਣ ਸਵੇਰੇ ਕਾਰਡੀਓ ਹੋ ਗਈ, ਸਵੇਰੇ ਕੋਈ ਬੀ ਸੀ ਕੁਛ ਨਹੀਂ ਲਿਆ, ਕੈਟਾਬੋਲਿਕ ਸਟੇਜ ਆ, ਜਿਹੜੀ ਫੈਟ ਬਰਨ ਕਰਨੀ ਸੀ ਕਰ ਲਈ, ਮੁੜ ਕੇ ਸ਼ਾਮ ਨੂੰ ਆ ਜਾਂਦੀ ਤੁਹਾਡੀ ਐਨਾਬੋਲਿਕ ਵਿੰਡੋ, ਹੁਣ ਜਦੋਂ ਮੀਲਾਂ ਸਟਾਰਟ ਕਰੇ ਲਈਆਂ ਫਿਰ ਤੁਸੀਂ ਗਰੋਥ ਸਿਗਨਲ 'ਚ ਆ ਜਾਂਦੇ ਹੋ, ਠੀਕ ਆ, ਫਿਰ ਤੁਹਾਡੀ ਉੱਥੇ ਬੋਡੀ ਨੇ ਫੈਟ ਨਹੀਂ ਬਰਨ ਕਰਨੀ, ਮਸਲ ਬਿਲਡ ਜ਼ੋਨ 'ਤੇ ਹੁੰਦੇ ਆ। ਸ਼ਾਮ ਨੂੰ ਤੁਸੀਂ ਬੀ ਸੀ ਡਬਲਯੂ ਲੈ ਸਕਦੇ ਹੋ, ਪ੍ਰੀ ਵਰਕਆਊਟ ਲੈਣਾ, ਪਰ ਇੱਕ ਅੱਧੀ ਵਾਰ ਉਹਦੀ ਸਰਵਿੰਗ ਮੀਲਾਂ ਨਾ ਵੀ ਲਓ, ਕਿਉਂਕਿ ਮਸਲ ਪ੍ਰੋਟੀਨ ਸਿੰਥੇਸਿਸ ਐਕਟੀਵੇਟ ਹੋਣਗੇ ਹੈ ਨਾ। ਸੋ ਇਹ ਕੁਛ ਜ਼ਿਆਦਾ ਸਪਲੀਮੈਂਟ ਜਿਹੜੇ ਬਾਕੀ ਨੇ ਕ੍ਰੀਟੇਨ ਵਗੈਰਾ ਉਹ ਮੀਲਾਂ ਨਾਲੇ ਲੈਂਦੇ ਹਾਂ, ਕਿਉਂਕਿ ਕ੍ਰਟੇਨ ਥੋੜ੍ਹਾ ਮੀਲ ਨਾਲ ਹਾਜ਼ਮ ਵਧੀਆ ਹੁੰਦਾ, ਕਾਰਨ ਮੀਲ ਨਾਲ ਕਿਸੇ ਵੀ ਮੀਲ ਨਾਲ ਲੈ ਲਓ। ਸੋ ਸਪਲੀਮੈਂਟ ਦੀ ਗੱਲ ਇੰਨੀ ਕੁ ਸੀਗੀ। ਸੋ ਹੁਣ ਕਹਿਣ ਦਾ ਸਿਸਟਮ ਇਹੀ ਆ ਤੁਹਾਡੇ ਨਾਲ ਕਿ ਥੋੜ੍ਹੀ ਜਿਹੀ ਇਹ ਚੀਜ਼ਾਂ ਤੁਹਾਡੇ ਨਾਲ ਸ਼ੇਅਰ ਕਰਨੀਆਂ ਸੀਗੀਆਂ ਕਿ ਪਿੰਕਾ ਕਿੰਨੀਆਂ ਮੀਲਾਂ ਖਾਂਦਾ। ਹੁਣ ਦੇਖੋ ਮੀਲਾਂ ਜ਼ਿਆਦਾ ਵੱਧ ਪਿੰਕਾ, ਹੁਣ ਤੈਨੂੰ ਕਹਿੰਦਾ ਮੈਂ 6 ਮੀਲਾਂ ਖਾਣੀਆਂ ਨੇ ਖਾ ਲੇਗਾ, ਨਹੀਂ ਮੈਂ ਨਹੀਂ ਖਾ ਸਕਦਾ। ਮੈਂ ਤਾਂ ਵੈਸੇ 2 ਮੀਲਾਂ ਹੀ ਪਸੰਦ ਕਰਦਾ, ਅਤੇ ਉਹ ਤਾਂ ਵੈਸੇ ਹੁਣ ਮੈਨੂੰ ਜ਼ਿਆਦਾ ਇੱਕਦਮ ਵੇਟ ਗੇਨ ਕਰਨਾ ਪੈ ਗਿਆ, ਉਹਦੇ ਕਰਕੇ 3 ਮੀਲਾਂ ਖਾਂਦੇ ਹਾਂ। ਪਰ ਵੈਸੇ ਤਾਂ ਮੈਂ ਇਹੀ ਰਹਿੰਦਾ, ਮੇਰਾ ਵੀ ਇੱਕ ਮਾਰਨਿੰਗ ਬਸ ਆਪਣਾ ਸਿੰਪਲ ਬ੍ਰੇਕਫਾਸਟ ਹੋਵੇ ਅਤੇ ਰਾਤ ਨੂੰ ਸਿੱਧਾ ਡਿਨਰ, ਮੈਂ ਇਹਦੇ ਵਿੱਚ ਖੁਸ਼ ਰਹਿੰਦਾ। ਪਿੰਕੇ ਨੇ ਮੈਨੂੰ ਬਹੁਤ ਵਾਰ ਕਿਹਾ, ਕਹਿੰਦਾ ਯਾਰ ਵੀਰੇ, ਕਹਿੰਦਾ ਮੇਰਾ ਤਾਂ ਕਹਿੰਦਾ 2 ਮੀਲਾਂ ਨਾਲ ਬੜਾ ਕੰਮ ਲੋਡ ਸੀ, ਕਹਿੰਦਾ ਵੀਰੇ ਯਾਰ ਖਾ ਲਈ, ਕਹਿੰਦਾ ਮੁੜ ਕੇ ਸ਼ੇਰ ਮਾਂ ਰੱਜ ਲਏ, ਕਹਿੰਦਾ ਮੁੜ ਕੇ ਫਿਰ ਇੱਕ ਸ਼ਾਮ ਨੂੰ। ਪਰ ਹੁਣ ਜਦੋਂ ਅਸੀਂ ਇਹ ਚੀਜ਼ ਕਰੀਏ, 2 ਮੀਲਾਂ 'ਤੇ ਬਾਹਲਾ ਸਰੀਰ ਵਧੀਆ ਹੋ ਜਾਂਦਾ ਪਿੰਕੇ ਦਾ, ਬਾਹਲਾ ਜ਼ਿਆਦਾ ਕਟਿੰਗ ਅਤੇ ਨਾਲੇ ਮਸਲ ਬਹੁਤ ਹੈ ਨਾ। ਪਰ ਸਾਨੂੰ ਚੱਕਰ ਅਸੀਂ ਇਹ ਚੀਜ਼ ਰਿਲਾਈਜ਼ ਕਰੀਆ ਕਿ ਯਾਰ ਜੇ ਖੇਡਣਾ ਨਾ ਬਾਹਰ ਗਰਾਊਂਡਾਂ 'ਤੇ, ਤੁਹਾਨੂੰ ਪਤਾ ਬੰਦੇ ਭਾਰੀ ਬਹੁਤ ਨੇ ਸਾਰੀ ਹੈ ਨਾ, ਕਬੱਡੀ 'ਚ ਥੋੜ੍ਹਾ ਵੇਟ ਵਧਾਉਣਾ ਪੈਂਦਾ, ਤਾਂ ਇੱਕ ਐਕਸਟਰਾ ਮੀਲ ਐਡ ਕਰੀਏ ਤਾਂ ਕਿ ਇੱਕ ਐਕਸਟਰਾ ਕੈਲਰੀ ਆਈ ਜਾਵੇ। ਬਾਕੀ ਜਿਵੇਂ ਮੈਂ ਕਿਹਾ ਸੀ ਨਾ ਵੀ ਜਦੋਂ ਵਰਕਆਊਟ ਬਹੁਤ ਹਾਈ ਇੰਟੈਂਸਿਟੀ 'ਤੇ ਹੁੰਦਾ ਨਾ, 2 ਟਾਈਮ ਹੁੰਦਾ, ਫਿਰ ਥੋੜ੍ਹਾ ਜਿਹਾ ਫੂਡ ਬੰਦੇ ਨੂੰ ਫਿਊਲ ਦੇਣਾ ਪੈਂਦਾ। ਸੋ ਪਿੰਕੇ ਦੀ ਹੋਰ ਵੀ ਇੱਕ ਚੀਜ਼ ਆ ਡਾਈਟ ਦੇ ਵਿੱਚ, ਪਿੰਕ ਦੀ ਡਾਈਟ ਦੇ ਵਿੱਚ ਪ੍ਰੋਟੀਨ ਠੀਕ ਆ, ਹਾਈ 'ਤੇ ਆ ਪਰ ਬਹੁਤ ਜ਼ਿਆਦਾ ਹਾਈ 'ਤੇ ਨਹੀਂ ਹੈਗਾ। ਅਤੇ ਦੂਜੀ ਗੱਲ, ਪਿੰਕੇ ਦੀ ਡਾਈਟ ਦੇ ਵਿੱਚ ਹੁਣ ਅਸੀਂ ਫੈਟ ਵਧਾਈ ਹੋਈ ਆ, ਕਿਉਂਕਿ ਅਸੀਂ ਇਹ ਚੀਜ਼ ਫਾਈਂਡ ਆਊਟ ਕਰੀ ਆ ਕਿ ਯਾਰ ਬੋਡੀ ਕੈਲਰੀ ਬਹੁਤ ਬਰਨ ਕਰਦੇ ਆ ਪਿੰਕੇ ਦੀ, ਹੈ ਨਾ, ਅਸੀਂ ਪ੍ਰੋਟੀਨ ਵਧਾ ਕੇ ਦੇ ਲਿਆ, ਅਸੀਂ ਕਾਰਬ ਵਧੀਆ ਵਧਾ ਕੇ ਦੇ ਲਏ, ਇੱਕ ਸਰਟਨ ਪੁਆਇੰਟ ਤੱਕ ਜ਼ਿਆਦਾ ਕਾਰਬ ਬੋਡੀ ਲਈ ਮਾੜੀ ਨੇ ਜੇ ਤੁਸੀਂ ਐਕਸਟਰਾ ਖਾਂਦੇ ਹੋ। ਫਿਰ ਅਸੀਂ ਇਹ ਚੀਜ਼ ਕਰੀ ਆ, ਮੈਨੂੰ ਪਿੰਕੇ ਨੂੰ ਮੈਂ ਫੈਟ ਵਧਾ ਦੇ, ਹੁਣ ਹੋਲ ਐੱਗ ਹੋ ਗਿਆ, ਫੁੱਲ ਫੈਟ ਰੈੱਡ ਮੀਟ ਹੋ ਗਿਆ, ਠੀਕ ਆ, ਫੁੱਲ ਫੈਟ ਮਿਲਕ ਵੀ ਲੈ ਲੈਂਦਾ ਸਮੂਦੀ ਸਮਾਧੀ 'ਚ ਪਾ ਕੇ ਪਿੰਕਾ, ਅਤੇ ਪਨੀਰ ਪਨੂਰ ਵੀ ਕਦੇ ਕਦੇ ਖਾ ਲਈਦਾ, ਬਾਹਲਾ ਨਹੀਂ ਹੈ ਨਾ, ਮਤਲਬ ਫੈਟ ਵਾਲੀਆਂ ਚੀਜ਼ਾਂ, ਬਦਾਮ, ਘਿਓ, ਆਹ ਚੀਜ਼ਾਂ ਐਡ ਕਰੀਆਂ ਨੇ, ਪੂਰਾ ਆਂਡਾ। ਸੋ ਇਹਨਾਂ ਨਾਲ ਫਿਰ ਤੁਹਾਨੂੰ ਪਤਾ ਕਿ ਪ੍ਰੋਪਰ ਬੋਡੀ 'ਚ ਜਾਨ ਆਉਂਦੀ ਹੈ, ਕਿਉਂਕਿ ਫੈਟ ਬਹੁਤ ਜ਼ਰੂਰੀ ਆ ਜੇ ਤੁਸੀਂ ਵਜਨ ਵਧਾਉਣਾ ਨਾ। ਕਈ ਬੰਦੇ ਕਹਿੰਦੇ ਬਾਈ ਵਜਨ ਵਧਾਉਣਾ, ਫੈਟ ਪਿੰਕੇ ਦੀ ਫੈਟ ਇਨਟੇਕ ਪਿੰਕੇ ਦੀ ਬਹੁਤ ਹਾਈ ਆ, ਹੈਲਦੀ ਫੈਟ, ਮਾੜੀ ਫੈਟ ਨਹੀਂ। ਕਈ ਬੰਦੇ ਕਹਿੰਦੇ ਬਾਈ ਕੋਲੈਸਟਰੋਲ ਵਧਾ ਦੂ, ਯਾਰ ਤੁਸੀਂ ਬਾਹਰੋਂ ਪ੍ਰੋਸੈਸ ਫੂਡ ਪੀਜ਼ੇ ਬਰਗਰ ਖਾਂਦੇ ਹੋ, ਉਹ ਬੈਡ ਤੇਲ ਹੁੰਦੇ ਨੇ ਹੈ ਨਾ, ਕਲੋਨਾ ਵੈਲ, ਸੋਇਆਬੀਨ ਵੈਲ, ਉਹ ਗੰਦੇ ਤੇਲ ਹੁੰਦੇ ਨੇ, ਉਹ ਤੁਹਾਡੀ ਫੈਟ ਥੋੜ੍ਹੇ ਹਾਰਟ ਦੇ ਵਿੱਚ ਬਲੋਕੇਜ ਕਰਦੇ ਨੇ। ਜੇ ਹੈਲਦੀ ਫੈਟ ਆ, ਹੁਣ ਪੁਰਾਣੇ ਜ਼ਮਾਨੇ ਤੋਂ ਕਿੰਨਾ ਲੋਕ ਘਿਓ ਖਾਂਦੇ, ਆਪਾਂ ਤਾਂ ਉਹਨਾਂ ਖਾ ਵੀ ਨਹੀਂ ਸਕਦੇ, ਕਿਸੇ ਨੂੰ ਹੁੰਦਾ ਵੀ ਕੁਛ ਨਹੀਂ ਹੁੰਦਾ ਸੀ, ਉਹ ਹੈਲਦੀ ਫੈਟ ਆ। ਤੁਹਾਡਾ ਬਲੱਡ ਦੇ ਵਿੱਚ ਕੋਲੈਸਟਰੋਲ ਅਤੇ ਤੁਹਾਡੀ ਡਾਈਟਰੀ ਕੋਲੈਸਟਰੋਲ 'ਚ ਬਹੁਤ ਫਰਕ ਹੁੰਦਾ ਹੈ ਨਾ। ਸੋ ਉਹ ਚੀਜ਼ਾਂ ਤੁਸੀਂ ਜੇ ਗੁੱਡ ਔਰਗੈਨਿਕ ਚੀਜ਼ਾਂ ਖਾਂਦੇ ਹੋ, ਫਿਰ ਤੁਹਾਨੂੰ ਫੈਟ ਕੁਛ ਨਹੀਂ ਕਹਿੰਦੀ, ਫੈਟ ਵਧਾਓ, ਬਦਾਮ ਬਦੂਮ ਵਧਾਓ, ਜੇ ਬੋਡੀ 'ਚ ਜਾਨ ਪਾਉਣੀ ਆ, ਕਿਉਂਕਿ ਬੋਡੀ ਬਿਲਡਿੰਗ ਦੇ ਵਿੱਚ ਪਿੰਕੇ ਲੋਕ ਦੱਸਦੇ ਨਹੀਂ ਹੈਗੇ ਯਾਰ, ਠੀਕ ਆ, ਉਹੀ ਕੰਮ ਕਹਿੰਦੇ ਨੇ ਯਾਰ, ਚਿਕਨ ਲਓ, ਲੀਨ ਚਿਕਨ ਲਓ, ਵਾਈਟ ਰਾਈਸ ਲੈ ਲਓ, ਬਰੋਕਲੀ ਚਿਕਨ ਰਾਈਸ ਬਰੋਕਲੀ, ਇਹ ਨਹੀਂ ਦੱਸਦੇ ਕਿ ਯਾਰ ਫੈਟ ਫੂਡ ਵਧਾ ਕੇ ਰੱਖੋ। ਜਿਹੜੇ ਪ੍ਰੋ ਐਥਲੀਟ ਨੇ, ਪਾਵਰ ਲਿਫਟਰ ਨੇ, ਇਹ ਸਾਰੀਆਂ ਚੀਜ਼ਾਂ ਜ਼ਰੂਰੀ ਨੇ, ਹੈ ਨਾ, ਇਕੱਲਾ ਕਾਰਬ ਇਕੱਲਾ ਪ੍ਰੋਟੀਨ ਕੁਛ ਨਹੀਂ ਕਰਦਾ ਹੈਗਾ, ਜਿੰਨਾ ਮਰਜ਼ੀ ਪ੍ਰੋਟੀਨ ਹਾਈ ਕਰ ਦਿਓ, ਤੁਸੀਂ ਕਾਰਬ ਫੈਟ ਲੋਅ ਕਰ ਦਿਓ, ਕੁਛ ਵੀ ਨਹੀਂ ਬਣਦਾ ਤੁਹਾਡਾ, ਠੀਕ ਆ। ਸਾਰੀਆਂ ਚੀਜ਼ਾਂ ਬੈਲਸ ਚਾਹੀਦੀਆਂ ਨੇ, ਵਿਟਾਮਿਨ ਮਿਨਰਲ ਨਾ, ਉਹ ਬਾਕੀ ਗੱਲਾਂ ਤੁਹਾਨੂੰ ਦੱਸਦੀ ਰਹਿੰਦੇ ਹਾਂ। ਸੋ ਆਹ ਦੇਖੋ, ਤੁਹਾਨੂੰ ਆਹ ਥੋੜ੍ਹੀ ਜਿਹੀ ਲੋਕੇਸ਼ਨ ਵੀ ਦਿਖਾਉਣੀ ਸੀਗੀ ਇੱਧਰ ਹਟ ਕੇ ਨਾ ਪਿੰਕੇ, ਅਤੇ ਜਿਵੇਂ ਮੈਂ ਤੁਹਾਨੂੰ ਕਿਹਾ ਸੀਗਾ ਕਿ ਅੱਜ ਅਸੀਂ ਕਾਰਡੀਓ ਇੱਥੇ ਆ ਕੇ ਕਰੀਏ, ਹੁਣ ਸਵੇਰ ਦਾ ਕੁਛ ਨਹੀਂ ਖਾਧਾ, ਕਾਫੀ ਕੂਫੀ ਦੇ ਸ਼ੋਟ ਲਏ ਹੋਏ ਨੇ, ਫਿਰ ਤੁਸੀਂ ਇੱਕ ਸਮਝ ਲਓ ਕਿ ਤਾਂ ਹੀ ਲੋਕ ਕਹਿੰਦੇ ਨੇ ਯਾਰ ਜਦੋਂ ਗੇਨਿੰਗ ਕਰਨ ਲੱਗਦੇ ਆ ਬਾਈ, ਹੈ ਨਾ, ਫਿਰ ਫੈਟ ਆਉਂਦੀ ਆ, ਕਿਉਂਕਿ ਤੁਸੀਂ ਜਦੋਂ ਗੇਨਿੰਗ ਕਰਦੇ ਹੋ ਫਿਰ ਤੁਸੀਂ ਬੋਡੀ ਨੂੰ ਕੈਟਾਬੋਲਿਕ 'ਚ ਜਾਣ ਦਿੰਦੇ ਨਹੀਂ ਹੈਗੇ। ਹੁਣ ਤਾਂ ਲਓ, ਹੁਣ ਤੁਸੀਂ 16 ਘੰਟੇ ਦਾ ਜਾਂ 14 ਜੋ ਵੀ ਫਾਸਟ ਕਰਦੇ ਉਦੋਂ ਤੁਸੀਂ ਕੈਲਰੀ ਬੋਡੀ ਨੂੰ ਨਹੀਂ ਦਿੰਦੇ, ਪਰ ਜਦੋਂ